ਅਤੇ ਸਮੂਹ ਸਾਧ ਸੰਗਤ ਆਪ ਅੱਜ ਦੇ ਮਹਾਕੁੰਭ ਦੀ ਸਰਬ ਧਰਮ ਸੰਮੇਲਨ ਸੰਤ ਸਮਾਗਮ ਰਹਿਣ ਸੁਭਾਈ ਕੀਰਤਨ ਦਾ ਲਾਹਾ ਲੈ ਰਹੇ ਹੋ ਅਤੇ ਸਤਿਗੁਰ ਗੰਗਾਨੰਦ ਜੀ ਮਹਾਰਾਜ ਪੁਰੀ ਵਾਲੇ ਉਹਨਾਂ ਦੀ 35ਵੀਂ ਸਾਲਾਨਾ ਵਰਸ਼ੀ ਦੇ ਉੱਪਰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹੋ। ਹੁਣ ਆਪ ਜੀ ਦੀ ਸੇਵਾ ਦੇ ਵਿੱਚ ਮਹਾਰਾਜ ਜੀ ਦੇ ਪਰਮ ਸ਼ਿਸ਼ ਸਵਾਮੀ ਜਸਦੇਵਾਨੰਦ ਜੀ 10 ਮਿੰਟ ਵਾਸਤੇ ਆਪ ਸਭ ਸੰਗਤ ਨੂੰ ਨਿਹਾਲ ਕਰਨਗੇ। ਬੋਲੋ ਸੰਗਤ ਜੀ ਸਤਿ ਸਾਹਿਬ। ਜਦਾ ਸਦਾ ਹੀ ਜਗਤ ਵਿੱਚ ਰਹਿਣੀਆਂ ਵਾਹਿਗੁਰੂ ਧੰਨ ਸਵਾਮੀ ਗੰਗਾਨੰਦ ਜੀ। ਸਦਾ ਹੀ ਜਗਤ ਵਿੱਚ ਰਹਿਣੀਆਂ ਧੰਨ ਸਵਾਮੀ ਗੰਗਾਨੰਦ ਜੀ। ਓ ਜਦਾ ਸਦਾ ਹੀ ਜਗਤ ਵਿੱਚ ਰਹਿਣੀਆਂ ਧੰਨ ਸਵਾਮੀ ਗੰਗਾਨੰਦ ਜੀ। ਜਗਤ ਵਿੱਚ ਰਹਿਣੀਆਂ ਉਹ ਧੰਨ ਸਵਾਮੀ ਗੰਗਾਨੰਦ ਜੀ। ਸਦਾ ਸਦਾ ਹੀ ਜਗਤ ਵਿੱਚ ਰਹਿਣੀਆਂ ਧੰਨ ਸਵਾਮੀ ਗੰਗਾਨੰਦ ਜੀ। ਜਗਤ ਸਦਾ ਹੀ ਜਗਤ ਵਿੱਚ ਰਹਿਣੀਆਂ ਧੰਨ ਸਵਾਮੀ ਗੰਗਾਨੰਦ ਜੀ। ਜਗਤ ਵਿੱਚ ਰਹਿਣੀਆਂ ਧੰਨ ਸਵਾਮੀ ਗੰਗਾਨੰਦ ਜੀ। ਸਦਾ ਸਦਾ ਹੀ ਜਗਤ ਵਿੱਚ ਰਹਿਣੀਆਂ ਧੰਨ ਸਵਾਮੀ ਗੰਗਾਨੰਦ ਜੀ। ਜਦਾ ਸਦਾ ਹੀ ਜਗਤ ਵਿੱਚ ਰਹਿਣੀਆਂ ਧੰਨ ਸਵਾਮੀ ਗੰਗਾਨੰਦ ਜੀ। ਜਗਤ ਮੈਂ ਕਿਨ ਜਪਿਓ ਗੁਰਮੰਤ। ਧੰਨ ਧੰਨ ਜਗਤ ਗੁਰੂ ਬਾਬਾ ਗਰੀਬ ਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਸੰਤ ਮੰਡਲ ਮੰਗਲਮਈ ਮੂਰਤੀ ਮਤਾਬੋ ਦੇਵੀਓ ਪ੍ਰੇਮੀ ਸੱਜਣੋ ਆਪ ਸਭ ਸੰਗਤਾਂ ਬੜੇ ਹੀ ਉੱਤਮ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਧੰਨ ਧੰਨ ਸਤਿਗੁਰ ਗੰਗਾਨੰਦ ਜੀ ਮਹਾਰਾਜ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਜੁੜਨ ਦਾ ਸਮਾਂ ਪ੍ਰਾਪਤ ਹੋਇਆ। ਦਾਸ ਦੇ ਗੁਰਦੇਵ ਮਹਾਰਾਜ ਜੀ ਨੇ ਧੰਨ ਧੰਨ ਸਵਾਮੀ ਸ਼ੰਕਰਾਨੰਦ ਮਹਾਰਾਜ ਜੀ ਨੇ ਉਪਰਾਲਾ ਕਰਿਆ। 35 ਸਾਲ ਹੋ ਗਏ ਲਗਾਤਾਰ ਸਤਿਗੁਰਾਂ ਦੀ ਯਾਦ ਮਨਾਉਂਦੇ ਹਨ। ਯਾਦ ਕਿਹਦੀ ਮਨਾਈ ਜਾਂਦੀ ਹੈ? ਯਾਦ ਉਸ ਦੀ ਮਨਾਈ ਜਾਂਦੀ ਹੈ ਜੋ ਸੰਸਾਰ ਦਾ ਭਲਾ ਕਰਦਾ, ਪਰਮੇਸ਼ਰ ਦੇ ਨਾਲ ਜੋ ਕਿਸੇ ਨੂੰ ਜੋੜਦਾ, ਜੀਵਾਂ 'ਤੇ ਦਇਆ ਕਰਦਾ। ਧੰਨ ਧੰਨ ਸਤਿਗੁਰ ਗੰਗਾਨੰਦ ਜੀ ਮਹਾਰਾਜ ਜਿਨ੍ਹਾਂ ਨੇ
ਗਰੀਬ ਦਾਸ ਮਹਾਰਾਜ ਜੀ ਦੀ ਬਾਣੀ ਨੂੰ ਲੈ ਕੇ ਘਰ ਘਰ ਦੇ ਵਿੱਚ ਜਾ ਕੇ ਪ੍ਰਚਾਰ ਕਰਿਆ, ਅਨੇਕਾਂ ਸੰਗਤਾਂ ਨੂੰ ਬਾਣੀ ਦੇ ਲੜ ਲਾਇਆ, ਨਾਮ ਜਪਾਇਆ। ਅਤੇ ਪਿਆਰਿਓ, ਬੜੀਆਂ ਉਦਾਹਰਨਾਂ ਨੇ, ਇੱਕ ਨਹੀਂ ਹਜ਼ਾਰਾਂ ਹੀ ਲੱਖਾਂ ਹੀ ਨੇ, ਕਿਉਂਕਿ ਸਤਿਗੁਰਾਂ ਨੇ ਘਰ ਘਰ ਜਾ ਕੇ ਕਿਸ ਤਰ੍ਹਾਂ ਦਾ ਜੀਵਨ ਸੀ ਸਤਿਗੁਰਾਂ ਦਾ। ਕਹਿੰਦੇ ਕਿਸੇ ਦੇ ਮਨ ਦੇ ਵਿੱਚ ਫੁਰਨਾ ਵੀ ਬਣ ਜਾਂਦਾ ਨਾ, ਫੁਰਨਾ ਵੀ ਕਿਤੇ ਸਤਿਗੁਰ ਗੰਗਾ ਆਨੰਦ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ। ਕਹਿੰਦੇ ਸਤਿਗੁਰੂ ਜੀ ਉਦੋਂ ਹੀ ਪਹੁੰਚ ਜਾਂਦੇ ਸੀ ਉਹਦੇ ਘਰ ਦੇ ਵਿੱਚ। ਕਿਸੇ ਦੇ ਮਨ ਦੇ ਵਿੱਚ ਫੁਰਨਾ ਆ ਗਿਆ ਵੀ ਅਸੀਂ ਖੰਡ ਪਾਠ ਕਰਾਉਣਾ ਹੈ, ਪਰ ਸਾਡੇ ਵਿੱਚ ਸਮਰੱਥਾ ਹੈ ਨਹੀਂ। ਅਤੇ ਪਿਆਰਿਓ, ਜਿਹਦੇ ਮਨ ਦੇ ਵਿੱਚ ਸੱਚੇ ਦਿਲੋਂ ਫੁਰਨਾ ਹੁੰਦਾ ਸੀ, ਉਹ ਬਾਹਰ ਕੰਮ ਕਰਦਾ ਫਿਰਦਾ ਹੁੰਦਾ ਸੀ, ਸਤਿਗੁਰੂ ਜੀ ਉਹਦੇ ਘਰ ਦੇ ਵਿੱਚ ਜਾ ਕੇ ਅਖੰਡ ਪਾਠ ਰੱਖ ਲੈਂਦੇ ਸੀ। ਬਾਅਦ 'ਚ ਪਤਾ ਲੱਗਦਾ ਸੀ ਕਿ ਮੇਰੇ ਘਰੇ ਤਾਂ ਪਾਠ ਰੱਖਿਆ ਹੋਇਆ। ਅਤੇ ਐਸਾ ਪ੍ਰੇਮ, ਅਤੇ ਪਿਆਰਿਓ, ਕੋਈ ਗਰੀਬ ਹੁੰਦਾ ਸੀ, ਕਹਿੰਦੇ ਰੋਟੀ ਮੰਗ ਕੇ ਖਾ ਲੈਂਦੇ ਸੀ, ਉਹਦੇ ਘਰ ਦੇ ਵਿੱਚ ਪਾਠ ਕਰ ਦਿੰਦੇ ਸੀ। ਅਤੇ ਪਿਆਰਿਓ, ਇੱਕ ਨਹੀਂ ਫਿਰ ਜਿਹਨੂੰ ਜੋ ਵੀ ਭਾਵਨਾ ਲੈ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ, ਕਹਿੰਦੇ ਉਹਦਾ ਹੀ ਆਧਾਰ ਕਰਤਾ ਦਾਸ ਜਿੱਥੇ ਰਹਿੰਦਾ ਹੈ ਉਸ ਨਗਰ ਦੇ ਵਿੱਚ ਸਤਿਗੁਰ ਗੰਗਾ ਆਨੰਦ ਮਹਾਰਾਜ ਜੀ ਗਏ। ਕਿਉਂਕਿ ਹਰ ਇੱਕ ਪਿੰਡ ਦਾ ਰੁਝਾਨ ਹੁੰਦਾ ਹੈ ਆਪੋ ਆਪਣਾ। ਕਹਿੰਦੇ ਉਹ ਨਗਰ ਦੇ ਵਿੱਚ ਜਦੋਂ ਗਏ ਉੱਥੋਂ ਦੇ ਲੋਕਾਂ ਦਾ ਵੀ ਆਪੋ ਆਪਣਾ ਕਿਉਂਕਿ ਸੁਭਾਅ ਹੁੰਦੇ ਨੇ। ਕਹਿੰਦੇ ਉਹ ਕਹਿੰਦੇ ਵੀ ਇਹ ਸੰਤ ਦੇ ਵਿੱਚ ਕਿੰਨੀ ਕੁ ਸ਼ਕਤੀ ਹੈ, ਇਹਨੂੰ ਲੰਬੇ ਪੈ ਟੱਪੇ ਡੰਡੋਤਾਂ ਕਰਦੇ ਨੇ, ਰੱਬ ਵਾਂਗੂ ਪੂਜਦੇ ਨੇ, ਇਹੋ ਜਿਹਾ ਇਹਨਾਂ ਦੇ ਵਿੱਚ ਕੀ ਹੈ। ਅਤੇ ਉੱਥੇ ਦਾ ਇੱਕ ਵਿਅਕਤੀ ਸੀ, ਉਹ ਬੜਾ ਨਸ਼ਾ ਕਰਦਾ ਸੀ, ਅਤੇ ਨਗਰ ਦੇ ਲੋਕ ਕੱਟੜ ਵਾਤਾਂ ਵਾਲੇ ਕਹਿਣ ਲੱਗੇ ਜੇ ਇਹਦਾ ਨਸ਼ਾ ਛਡਾ ਦੇਣ ਤਾਂ ਅਸੀਂ ਮੰਨੀਏ। ਸਤਿਗੁਰੂ ਜੀ, ਉਹਨਾਂ ਦਾ ਸੁਭਾਅ ਸੀ ਕੋਈ ਵੀ ਫੁਰਨਾ ਕਰ ਲੈਂਦਾ ਸਤਿਗੁਰੂ ਜੀ ਉੱਥੇ ਪੂਰਾ ਕਰਦੇ ਸੀ। ਕਹਿੰਦੇ ਜਿਹੜਾ ਵਿਅਕਤੀ, ਉਹ ਨਾਮ ਵਿਸਰ ਗਿਆ, ਕੀ ਨਾਮ ਸੀ ਉਹਦਾ? ਗੰਡੂ ਅਮਲੀ। ਗੰਡੂ ਅਮਲੀ ਸੇਵਾਦਾਰ ਬੈਠੇ ਨੇ, ਗੰਡੂ ਮੇਰੇ ਖਿਆਲ 'ਚ ਇੱਦਾਂ ਦਾ ਕੁਛ ਨਾਮ ਸੀ। ਕਹਿੰਦੇ ਹਜੇ ਫੁਰਨਾ ਹੀ ਸੀ, ਕਹਿੰਦੇ ਸਤਿਗੁਰੂ ਜੀ ਉਹਦੇ ਘਰੇ ਹੀ ਚਿੱਪੀ ਲੈ ਕੇ ਚਲੇ ਗਏ। ਉਹਨੂੰ ਕਹਿੰਦੇ ਲੈ ਜਲ ਸੱਕ, ਕਿਉਂਕਿ ਸਤਿਗੁਰਾਂ ਦੇ ਕੋਲੇ ਚਿੱਪੀ ਹੁੰਦੀ ਸੀ। ਜਿਹਨੂੰ ਜਲ ਸਕਾਤਾ ਬੜੇ ਤੋਂ ਬੜਾ ਅਮਲੀ ਭਗਤ ਬਣਾਤਾ। ਪਿਆਰਿਓ, ਹੁਣ ਸਮਾਂ ਨਹੀਂ ਇਜਾਜ਼ਤ ਦਿੰਦਾ, ਕਿਉਂਕਿ ਇਹ ਸਟੇਜ ਦੇ ਉੱਤੇ ਤਾਂ ਬਸ ਦਰਸ਼ਨ ਕਰਨ ਦਾ ਹੀ ਸਮਾਂ ਮਿਲ ਜਾਵੇ ਬਹੁਤ ਹੁੰਦਾ, ਕਿਉਂਕਿ ਮੈਂ ਤਾਂ ਕੋਈ ਮੇਰਾ ਮਾੜਾ ਕਰਮ ਅੱਗੇ ਆ ਗਿਆ। ਮੈਨੂੰ ਮੈਂ ਤਾਂ ਇੱਥੇ ਬਹੁਤ ਹਾਜ਼ਰੀ ਭਰਦਾ ਸੀ, ਸਤਿਗੁਰਾਂ ਦੇ ਚਰਨਾਂ 'ਚ ਰਹਿੰਦਾ ਸੀ, ਕੋਈ ਮਾੜਾ ਕਰਮ ਅੱਗੇ ਆ ਗਿਆ, ਅੱਜ 17 ਸਾਲ ਬਾਅਦ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਕਿਉਂਕਿ ਜਦੋਂ ਸਾਧੂਆਂ ਤੋਂ ਕੋਈ ਦੂਰ ਆਉਂਦਾ ਉਹਦਾ ਮਾੜਾ ਕਰਮ ਹੁੰਦਾ। ਇਸ ਕਰਕੇ ਰਹੋ ਵਿਚਾਰ, ਦਾਸ ਜ਼ਿਆਦਾ ਨਹੀਂ ਬੋਲਦਾ, ਕਿਉਂਕਿ ਇੱਥੇ ਤਾਂ ਕੀ ਬੋਲ ਸਕਦੇ ਹਾਂ। ਜਿੱਥੇ ਸੂਰਜ ਚੜ੍ਹਿਆ ਹੋਵੇ ਉੱਥੇ ਦੀਵੇ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਸੋ ਆਓ ਇੱਕ ਧਾਰਨਾ ਪੜ੍ਹ ਕੇ ਦਾਸ ਸਮਾਪਤੀ ਕਰੂ। ਸਤਿਗੁਰ ਗੰਗਾ ਆਨੰਦ ਜੀ ਮਹਾਰਾਜ ਵਰਗੇ ਸਾਧੂਆਂ ਦੇ ਇਹੋ ਜਿਹੇ ਸਤਿਗੁਰਾਂ ਦੇ ਦਰਸ਼ਨ ਹੋਣ ਤੇ ਜੀਵਨ ਸਫਲ ਹੋ ਜਾਂਦਾ। ਆਓ ਇੱਕ ਧਾਰਨਾ ਪੜ੍ਹ ਕੇ ਫਿਰ ਸਮਾਪਤੀ ਕਰੀਏ। ਕਿਤੇ ਮਿਲ ਜਾ ਸਤਿਗੁਰ ਜੀ ਥੋੜੇ ਸਾਹ ਜਿੰਦੜੀ ਦੇ ਰਹਿੰਦੇ, ਮਿਲ ਜਾ ਸਤਿਗੁਰ ਜੀ ਥੋੜੇ ਸਾਹ ਜਿੰਦੜੀ ਦੇ ਰਹਿੰਦੇ, ਮਿਲ ਜਾ ਸਤਿਗੁਰ ਜੀ ਥੋੜੇ ਸਾਹ ਜਿੰਦੜੀ ਦੇ ਰਹਿੰਦੇ, ਉਹ ਕਿਤੇ ਮਿਲ ਜਾ ਸਤਿਗੁਰ ਜੀ ਥੋੜੇ ਸਾਹ ਜਿੰਦੜੀ ਦੇ ਰਹਿੰਦੇ, ਕਦੇ ਮਿਲ ਜਾ ਸਤਿਗੁਰ ਜੀ ਥੋੜੇ ਸਾਹ ਜਿੰਦੜੀ ਦੇ ਰਹਿੰਦੇ, ਕਦੇ ਮਿਲ ਜਾ ਸਤਿਗੁਰ ਜੀ ਥੋੜੇ ਸਾਹ ਜਿੰਦੜੀ।
ਹੱਥ ਜੋ ਮੇਰੇ ਨੈਣ ਦੱਸਦੇ ਰਹਿੰਦੇ ਤੇਰੀ ਜੀਤ ਦੀ ਖਾਤਰ ਜੀ ਮੇਰੇ ਨੈਣ ਦੱਸਦੇ ਰਹਿੰਦੇ ਨੈਣ ਦੱਸਦੇ ਰਹਿੰਦੇ ਮੇਰੇ ਨੈਣ ਦੱਸਦੇ ਰਹਿੰਦੇ ਮੇਰੇ ਨੈਣ ਦੱਸਦੇ ਰਹਿੰਦੇ ਮੇਰੇ ਨੈਣ ਦੱਸਦੇ ਸਤਿਗੁਰ ਜੀ ਥੋੜੇ ਸਾਜ ਦੜੀ ਦੇ ਰਹਿੰਦੇ ਸਤਿਗੁਰ ਜੀ ਥੋੜੇ ਸਾਜ ਦੜੀ ਦੇ ਰਹਿੰਦੇ ਸਤਿਗੁਰ ਪੂਰਨ ਬ੍ਰਹਮ ਹੈ ਸਤਿਗੁਰ ਆਪ ਅਨੇਕ ਸਤਿਗੁਰ ਰਮਤਾ ਰਾਮ ਹੈ ਰਾਮੇ ਨੀਲ ਨਮੇ ਸਵਾਮੀ ਜਸਦੇਵਾਨੰਦ ਜੀ ਪਰਮ ਸ਼ਿਸ਼ ਸਵਾਮੀ ਸ਼ੰਕਰਾਨੰਦ ਜੀ ਮਹਾਰਾਜ ਭੂਰੀ ਵਾਲੇ ਜਿਹੜੇ ਬਹੁਤ ਛੋਟੀ ਉਮਰ 'ਚੋਂ ਘਰ ਪਰਾਗ ਘਰ ਤਿਆਗ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਗਏ ਸਨ ਤਕਰੀਬਨ 30 ਸਾਲਾਂ ਤੋਂ ਉੱਪਰ ਸਿਮਰਨ ਜਪ ਤਪ ਭਗਤੀ ਮਹਾਰਾਜ ਜੀ ਦੇ ਹੁਕਮਾਨੁਸਾਰ ਕਰ ਰਹੇ ਹਨ